ਕੋਰੋਨਾ ਦੇ ਵੱਡੇ ਮਾਮਲੇ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਇੱਕ ਵਾਰ ਫੇਰ ਹੱਥਕਚਾਈ ਹੈ ਤੇ ਕੇਂਦਰੀ ਕੈਬਨਿਟ ਸਕੱਤਰ ਦੀ ਪੰਜਾਬ ਸਣੇ 8 ਸੂਬਿਆਂ ਦੇ ਨਾਲ ਬੈਠਕ ਜੁੜੀ ਰੱਖੀ ਗਈ ਉਹ ਜਾਰੀ ਹੈ ਦਾਜੀ ਕੇ ਕੇਂਦਰੀ ਕੈਬਨਿਟ ਸਕੱਤਰ ਦੀ ਪੰਜਾਬ ਸਣੇ 8 ਸੂਬਿਆਂ ਨਾਲ ਬੈਠਕ ਹੋ ਰਹੀ ਹੈ ਵੀਡੀਓ ਕਾਨਫਰੈਂਸਿੰਗ ਰਾਹੀਂ ਹੋ ਰਹੀ ਮੀਟਿੰਗ ਵਿੱਚ ਪੰਜਾਬ ਤਰਫੋਂ ਮੁੱਖ ਸਕੱਤਰ ਵਿਨੀ ਮਹਾਜਨ ਸ਼ਾਮਿਲ ਨੇ ਸੂਬਿਆਂ ਨੂੰ ਕੋਰੋਨਾ ਦੇ ਵਧ ਰਹੇ ਕੇਸਾਂ ਤੇ ਠੱਲ ਪਾਉਣ ਦੇ ਲਈ ਲੋੜੀਂਦੇ ਕਦਮ ਚੁੱਕਣ ਦੀ ਸਲਾਹ ਇਸ ਮੀਟਿੰਗ ਚ ਦਿੱਤੀ ਜਾ ਰਹੀ ਹੈ ਕੇਂਦਰੀ ਕੈਬਨਿਟ ਸਕੱਤਰ ਨੇ ਮਹਾਮਾਰੀ ਪ੍ਰੋਟੋਕਾਲ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਪੰਜਾਬ ਸਣੇ 8 ਰਾਜਾਂ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਕੋਰੋਨਾ ਕੇਸਾਂ ਦੇ ਵਿੱਚ ਇੱਕਦਮ ਫਿਰ ਤੋਂ ਵਾਧਾ ਹੋਇਆ ਜਿਸ ਤੋਂ ਬਾਅਦ ਇਹ ਹੁਣ ਬੈਠਕ ਜਿਹੜੀ ਹੋ ਰਹੀ ਹੈ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਤੇ ਤਮਾਮ ਜਿਹੜੇ ਨੇ ਇਤਿਆਤਨ ਕਦਮ ਚੁੱਕਣ ਦੀ ਗੱਲ ਕਹੀ ਜਾ ਰਹੀ ਹੈ ਸੋ ਕੋਰੋਨਾ ਦੇ ਵੱਡੇ ਮਾਮਲੇ ਲੈ ਕੇ ਹੁਣ ਕੇਂਦਰ ਸਰਕਾਰ ਜਿਸ ਨਾਲ ਹਰਕਤ ਆਈ ਹੈ ਤੇ ਕੇਂਦਰੀ ਕੈਬਨਿਟ ਸਕੱਤਰ ਦੀ ਪੰਜਾਬ ਸਣੇ 8 ਸੂਬਿਆਂ ਦੇ ਨਾਲ ਬੈਠਕ ਇਸ ਵੇਲੇ ਹੋ ਰਹੀ ਹੈ ਵੀਡੀਓ ਕਾਨਫਰੈਂਸਿੰਗ ਰਾਹੀਂ ਇਹ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਪੰਜਾਬ ਤਰਫੋਂ ਮੁੱਖ ਸਕੱਤਰ ਵਿਨੀ ਮਹਾਜਨ ਸ਼ਾਮਲ ਨੇ ਤਲੋਚਨ ਜੀ ਸਾਡੇ ਨਾਲ ਜੁੜ ਚੁੱਕੇ ਨੇ ਤਲੋਚਨ ਜੀ ਜਿਸ ਤਰ੍ਹਾਂ ਨਾਲ ਪਿਛਲੇ ਕੁਝ ਦਿਨਾਂ ਵਿੱਚ ਅਸੀਂ ਵੇਖਿਆ ਕਿ ਪੰਜਾਬ ਸਣੇ ਕਈ ਸੂਬੇ ਨੇ ਜਿੱਥੇ ਕੋਰੋਨਾ ਦੇ ਇੱਕ ਵਾਰ ਫਿਰ ਤੋਂ ਮਾਮਲੇ ਵਧੇ ਨੇ ਔਰ ਇਸ ਨੂੰ ਲੈ ਕੇ ਹੀ ਹੁਣ ਕੇਂਦਰ ਸਰਕਾਰ ਵੱਲੋਂ ਚਿੰਤਾ ਜ਼ਾਹਿਰ ਕਰਦਿਆਂ ਮੀਟਿੰਗ ਕੀਤੀ ਜਾ ਰਹੀ ਹੈ ਬਿਲਕੁਲ ਰਾਧਾ ਜੀ ਪਿਛਲੇ ਕੁਝ ਸਮੇਂ ਤੋਂ 8 ਸਟੇਟ ਨੇ ਜਿਹੜੇ ਉੱਥੇ ਕੋਰੋਨਾ ਦੇ ਜਿਹੜੇ ਅੰਕੜੇ ਸੀ ਨਿਰੰਤਰ ਵੱਧ ਰਹੇ ਸੀ ਉਹ ਜਿੰਨੂੰ ਮੁੱਖ ਰੱਖਦੇ ਆ ਭਾਰਤ ਸਰਕਾਰ ਵੀ ਚਿੰਤਤ ਸੀ ਔਰ ਸੰਬੰਧਿਤ ਸਟੇਟ ਜਿਹੜੇ ਸੀ ਉਹ ਵੀ ਆਪਣੇ ਲੈਵਲ ਤੇ ਕਦਮ ਚੱਕ ਰਹੇ ਸੀ ਪਰ ਅੱਜ ਸਵੇਰੇ ਕੇਂਦਰੀ ਕੈਬਨਿਟ ਸਕੱਤਰ ਨੇ 8 ਰਾਜਾਂ ਦੇ ਜਿਹੜੇ ਪ੍ਰਤੀਨਿਧ ਨੇ ਉਹਨਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਕੀਤੀ ਔਰ ਮੀਟਿੰਗ ਵਿੱਚ ਜਿਹੜੇ ਕਦਮ ਚੱਕਣ ਲਈ ਕਿਹਾ ਜੋ ਜਾਣਕਾਰੀ ਮਿਲੀ ਉਹਦੇ ਵਿੱਚ ਇੱਕ ਤੇ ਇਹ ਗੱਲ ਕਹੀ ਹੈ ਕਿ ਮਹਾਮਾਰੀ ਪ੍ਰੋਟੋਕਾਲ ਨੂੰ ਲਾਗੂ ਰੱਖਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਾ ਕੀਤੀ ਜਾਵੇ ਔਰ ਹਰੇਕ ਤਰ੍ਹਾਂ ਦੇ ਜਿਹੜੇ ਕਦਮ ਨੇ ਚੱਕੇ ਜਾਣਗੇ ਉਹ ਜਾਣਕਾਰੀ ਮਿਲੀ ਹੈ ਪੰਜਾਬ ਵੱਲੋਂ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਇਸ ਮੀਟਿੰਗ ਵਿੱਚ ਸ਼ਾਮਲ ਹੈ ਔਰ ਵਿਨੀ ਮਹਾਜਨ ਵੱਲੋਂ ਪੰਜਾਬ ਦੀ ਸਾਰੀ ਸਥਿਤੀ ਦੀ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਵੀ ਕਿਉਂ ਇੱਕ ਸਮੇਂ ਜਿਹੜੇ ਕੇਸ ਸੀ 200 ਦੇ ਕਰੀਬ 24 ਘੰਟੇ 'ਚ ਆ ਗਏ ਸੀ ਪਰ ਅੱਜ ਕੱਲ ਜਿਹੜੀ ਗਿਣਤੀ ਸੀ ਉਹ 628 ਤੇ ਪੁੱਜ ਗਈ ਹੈ ਮੁੱਖ ਤੌਰ 'ਤੇ ਦੱਸਿਆ ਜਾ ਰਿਹਾ ਵੀ ਜਿਵੇਂ ਸਕੂਲ ਖੁੱਲ੍ਹੇ ਨੇ ਔਰ ਜਿਵੇਂ ਵਿਆਹ ਜਾਂ ਪਾਰਟੀਆਂ ਦੇ ਵੱਡੇ ਪੱਧਰ ਦੇ ਹੋਣ ਨਾਲ ਇਹ ਕੋਰੋਨਾ ਦੇ ਕੇਸ ਵਧੇ ਨੇ ਸੋ ਮੀਟਿੰਗ ਜਾ ਰਹੀ ਹੈ ਮੀਟਿੰਗ ਵਿੱਚ ਕੇਂਦਰੀ ਕੈਬਨਿਟ ਸਕੱਤਰ ਵੱਲੋਂ ਇੱਕੋ ਗੱਲ 'ਤੇ ਜ਼ੋਰ ਦਿੱਤਾ ਜਾ ਰਿਹਾ ਕਿ ਕਿਸੇ ਤਰ੍ਹਾਂ 'ਚ ਕੁਤਾਹੀ ਨਾ ਕੀਤੀ ਜਾਵੇ ਉਹ ਮਹਾਮਾਰੀ ਪ੍ਰੋਟੋਕਾਲ ਜਿਹੜੇ ਨੇ ਉਹਨਾਂ ਨੂੰ ਲਗਾਤਾਰ ਨਿਰੰਤਰ ਜਾਰੀ ਰੱਖਣ ਦੇ ਕਦਮ ਚੁੱਕੇ ਜਾਣ ਜੀ ਜੀ ਬਹੁਤ ਬਹੁਤ ਸ਼ੁਕਰੀਆ ਤਲੋਚਨ ਜੀ ਫਿਲਹਾਲ ਦੀ ਜਾਣਕਾਰੀ ਲਈ ਸੋ ਜਿਸ ਨਾਲ ਇਹ ਮੀਟਿੰਗ ਹਾਲੇ ਵੀ ਜਾਰੀ ਹੈ ਸੋ ਪੰਜਾਬ ਸਣੇ 8 ਰਾਜ ਜਿੱਥੇ ਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਇੱਕਦਮ ਫਿਰ ਤੋਂ ਕੋਰੋਨਾ ਕੇਸਾਂ ਦੇ ਵਿੱਚ ਵਾਧਾ ਹੋਣ ਦੇ ਚੱਲਦਿਆਂ ਕੇਂਦਰ ਸਰਕਾਰ ਹੁਣ ਇਸ ਨੂੰ ਲੈ ਕੇ ਹਰਕਤ ਚਾਹੀਏ